ਕਮਲਜੀਤ ਸਿੰਘ ਬਣਵੈਦ ਦੀ ਪੁਸਤਕ ਬੇਬੇ ਤੂੰ ਭੁੱਲਦੀ ਨਹੀਂ ਦਾ ਅਗਲਾ ਵਿਸ਼ਾ ਹੈ ਕੰਟਰੈਕਟ ਮੈਰਿਜ ਪੰਜਾਬ ਦੇ ਮੁੰਡੇ ਕੁੜੀਆਂ ਚ ਵਿਦੇਸ਼ ਜਾ ਕੇ ਵੱਸਣ ਦੀ ਹੋੜ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਸ ਰੁਝਾਨ ਚ ਬੜਾ ਵਾਧਾ ਹੋਣ ਨਾਲ ਇਹ ਚਿੰਤਾ ਦਾ ਵਿਸ਼ਾ ਬਣਨ ਲੱਗੀ ਹੈ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪਰਵਾਸ ਦੇ ਮੁੱਦੇ ਨੂੰ ਆਪਣੇ ਭਾਸ਼ਣਾਚ ਸ਼ੁਮਾਰ ਕੀਤਾ ਜਾਣ ਲੱਗਾ ਹੈ। ਅਖਬਾਰਾਂ ਤੇ ਚੈਨਲ ਤਾਂ ਇਹ ਕਹਿਣ ਲੱਗੇ ਆ ਕਿ ਕੈਨੇਡਾ ਜਾਂ ਆਸਟ੍ਰੇਲੀਆ ਨੂੰ ਜਾਣ ਵਾਲੀਆਂ ਉਡਾਣਾਂ 'ਚ 60% ਅਧੀ ਤਾਂ ਵਿਦੇਸ਼ ਪੜਨ ਦੇ ਨਾਂ ਤੇ ਜਾਣ ਵਾਲੇ ਮੁੰਡੇ ਕੁੜੀਆਂ ਬੈਠੇ ਹੁੰਦੇ ਆ। ਅਰਥ ਸ਼ਾਸਤਰੀਆਂ ਨੇ ਵਿਦੇਸ਼ਾਂ 'ਚ ਪੱਕੇ ਹੋਣ ਲਈ ਵਿਸ਼ੇਸ਼ ਕਰਕੇ ਪੰਜਾਬ 'ਚੋਂ ਖੁਰੇ ਅਰਬਾਂ ਖਰਬਾਂ ਰੁਪਏ ਦਾ ਹਿਸਾਬ ਵੀ ਲਾ ਰੱਖਿਆ ਹੈ। ਕਈ ਅਖਬਾਰਾਂ ਪ੍ਰਵਾਸ ਲਈ ਇਮੀਗ੍ਰੇਸ਼ਨ ਕੰਪਨੀਆਂ ਵੱਲੋਂ ਕੀਤੀ ਲੁੱਟ ਖਸੁੱਟ ਦੀਆਂ ਖਬਰਾਂ ਛਾਪ ਕੇ ਆਪਣੇ ਹੱਥ ਰੰਗ ਰਹੀਆਂ। ਇਮੀਗ੍ਰੇਸ਼ਨ ਕੰਪਨੀਆਂ ਨੇ ਵੀ ਤਾਂ ਪੁਲਿਸ ਵਾਲਿਆਂ ਦੀ ਗੁੱਗੜ ਹੋਰ ਵੱਡੀ ਕਰ ਦਿੱਤੀ ਹੈ। ਕਈ ਪੱਤਰਕਾਰਾਂ ਨੇ ਟਰੈਵਲ ਏਜੰਟਾਂ ਦੇ ਸਿਰ ਤੇ ਚੁਬਾਰੇ ਖੜੇ ਕਰ ਲਏ ਆ। ਹੋਰ ਤਾਂ ਹੋਰ ਕਈ ਅਖੌਤੀ ਸਮਾਜ ਸੇਵੀ ਜਥੇਬੰਦੀਆਂ ਏਜੰਟਾਂ ਨੂੰ ਨੰਗੇ ਕਰਨ ਦਾ ਡਰਾਵਾ ਦੇ ਕੇ ਆਪਣੇ ਹੱਥ ਰੰਗ ਰਹੀਆਂ। ਵਿਦੇਸ਼ਾਂ 'ਚ ਜਾ ਕੇ ਵਸਣ ਵਾਲੇ ਵਿਦਿਆਰਥੀ ਜਾਂ ਪਰਮਨੈਂਟ ਰੈਜ਼ਿਡੈਂਸੀ ਲੈ ਕੇ ਉੱਥੇ ਵਸਣ ਵਾਲਿਆਂ ਬਾਰੇ ਨਵੀਂ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਨਵੇਂ ਗਏ ਮੁੰਡੇ ਕੁੜੀਆਂ ਉੱਥੇ ਮਿਲ ਰਹੀ ਖੁੱਲ ਖੇਡ ਕਰਕੇ ਬੁਰੀ ਤਰ੍ਹਾਂ ਬਦਨਾਮ ਹੋਣ ਲੱਗੇ ਹਨ ਤੇ ਉੱਥੇ ਪਹਿਲਾਂ ਵਸਦੇ ਪੰਜਾਬੀ ਇਹਨਾਂ ਨੂੰ ਮੂੰਹ ਲਾਉਣ ਤੋਂ ਪਿੱਛੇ ਹੀ ਨਹੀਂ ਹਟਣ ਲੱਗੇ ਸਗੋਂ ਕਈਆਂ ਨੇ ਤਾਂ ਡਿਪੋਰਟ ਕਰਨ ਦੀ ਮੰਗ ਵੀ ਕਰਨੀ ਸ਼ੁਰੂ ਕਰਤੀ ਹੈ ਹੱਥਲੇ ਲੇਖ 'ਚ ਆਵਾਗ ਲਿਖਣ ਤੋਂ ਪਹਿਲਾਂ ਪੈਨ ਬਾਰ-ਬਾਰ ਰੁਕ ਰਿਹਾ ਹੈ ਨਵੇਂ ਗਏ ਬੱਚਿਆਂ ਦਾ ਸ਼ੋਸ਼ਣ ਆਰਥਿਕ ਤੇ ਸਰੀਰਕ ਕਰਨ 'ਚ ਕਈ ਬਾਹਰਲੇ ਪ੍ਰਾਵਾਂ ਨੇ ਢਿੱਲ ਨਹੀਂ ਛੱਡੀ ਇੱਧਰ ਵਿਰੋਧੀ ਧਿਰ ਦੇਸ਼ 'ਚ ਰੋਜ਼ਗਾਰ ਨਾ ਹੋਣ ਕਰਕੇ ਬੱਚਿਆਂ ਦੇ ਬਾਹਰ ਜਾਣ ਨੂੰ ਦੁਖਾਂਤ ਦੱਸ ਰਹੀ ਹੈ। ਮਾਪੇ ਆਪਣੇ ਬੱਚਿਆਂ ਨੂੰ ਬਾਹਰ ਸੈੱਟ ਕਰਕੇ ਆਪਣੀ ਜਾਨ ਸੁਖਾਲੀ ਸਮਝਣ ਲੱਗੇ ਹਨ। ਕਈ ਤਾਂ ਨਸ਼ਿਆਂ ਦੇ ਵਗਰੇ ਛੇਵੇਂ ਦਰਿਆ ਤੋਂ ਵਿਚਾਰ ਰੱਖਣ ਲਈ ਬੱਚਿਆਂ ਨੂੰ ਬਾਹਰ ਕੱਢਣ ਦੀ ਕਾਹਲ ਚੱਲ। ਪਰਵਾਸ ਤੇ ਆਪਣੇ ਬੜੇ ਦੁੱਖ ਹਨ ਪਰ ਇੱਕ ਗੱਲ ਕਈ ਪਰਿਵਾਰਾਂ ਨੂੰ ਰਾਹ ਸੌਣ ਲੱਗੀ ਹੈ। ਜੋ ਕਿ ਹੋਰ ਵੀ ਸਲਾਹਨਯੋਗ ਹੈ ਉਹ ਇਹ ਕਿ ਇਸ ਪਰਵਾਸ ਦੇ ਦੌਰ 'ਚ ਸਾਡੀਆਂ ਲੜਕੀਆਂ ਦੀ ਕਦਰ ਵਧੀ ਹੈ। ਉਹਨਾਂ ਦੀ ਲਿਆਕਤ ਦਾ ਮੁੱਲ ਪਿਆ ਪਿਛਲੇ ਅੰਕੜੇ ਦੱਸੇ ਆ ਕਿ ਸਕੂਲ ਬੋਰਡ ਤੋਂ ਲੈ ਕੇ ਯੂਨੀਵਰਸਿਟੀ ਦੀ ਪ੍ਰੀਖਿਆ ਤੱਕ ਕੁੜੀਆਂ ਮੁੰਡਿਆਂ ਨੂੰ ਪੜ੍ਹਾਈ 'ਚ ਪਛੜ ਰਹੀਆਂ ਸਨ ਇਸੇ ਤਰ੍ਹਾਂ ਵਿਦੇਸ਼ ਜਾਣ ਲਈ ਆਇਲ ਸਵਿਚ ਵੀ ਮੁੰਡਿਆਂ ਨਾਲੋਂ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਵੱਧ ਹੈ ਵਿਦੇਸ਼ ਜਾਣ ਲਈ ਆਇਲ ਨਾ ਕਰਨ ਵਾਲੇ ਪਰ ਵਿਦੇਸ਼ ਜਾ ਕੇ ਵਸਣ ਦੇ ਚਾਹਵਾਨ ਮੁੰਡੇ ਜੋਗ ਲੜਕੀਆਂ ਦੇ ਪਿੱਛੇ ਲਾ ਕੇ ਉਹਨਾਂ ਦਾ ਸਾਰਾ ਖਰਚਾ ਆਪਣੇ ਸਿਰ ਚੱਲ ਕੇ ਉਡਾਨ ਭਰਨ ਲੱਗੀ ਹਨ ਇਸ ਨਾਲ ਵੱਡੀ ਗਿਣਤੀ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਜਿਵੇਂ ਲਾਟਰੀ ਲੱਗੀ ਹੋਵੇ ਇੱਥੇ ਹੀ ਬਸ ਨਹੀਂ ਕਈ ਆਲਸਪਾਸ ਲੜਕੀਆਂ ਨੂੰ ਚੰਗੇ ਵਰ ਮਿਲਣ ਦੀਆਂ ਉਦਾਹਰਨਾਂ ਵੀ ਮਿਲਦੀਆਂ ਹਨ ਮੈਂ ਪੰਜਾਬੀ ਦੀ ਅਖਬਾਰ ਚ ਸੰਪਾਦਕਾਂ ਮੇਰੀ ਅਖਬਾਰ ਨੇ ਕਈ ਸ਼ਹਿਰਾਂ ਦੇ ਇਮੀਗ੍ਰੇਸ਼ਨ ਏਜੰਟਾਂ ਨੂੰ ਪ੍ਰੈਸ ਰਿਪੋਰਟਰਾਂ ਦਾ ਕਾਰਡ ਦਿੱਤਾ ਹੋਇਆ ਅਖਬਾਰ ਵਾਲਿਆਂ ਨਾਲ ਉਹਨਾਂ ਦੀ ਕੰਪਨੀ ਨੇ ਇਸ਼ਤਿਹਾਰ ਦੇਣ ਦਾ ਠੇਕਾ ਕੀਤਾ ਹੈ ਟਰੈਵਲ ਏਜੰਟਾਂ ਨੂੰ ਵੀ ਪੁਲਿਸ ਦੇ ਡੰਡੇ ਦਾ ਡਰ ਘਟ ਗਿਆ ਇਹਨਾਂ ਵਿੱਚੋਂ ਕਈ ਪ੍ਰੈਸ ਰਿਪੋਰਟਰ ਮੈਨੂੰ ਦਫ਼ਤਰ ਮਿਲਣ ਆਉਂਦੇ ਹਨ ਤੇ ਉਹਨਾਂ ਕੋਲ ਹਰ ਵਾਰ ਕੰਟਰੈਕਟ ਮੈਰਿਜ ਬਾਰੇ ਦੱਸਣ ਲਈ ਨਵੀਂ ਗੱਲ ਹੁੰਦੀ ਹੈ ਮੈਂ ਵੀ ਲਿਖਣ ਲਈ ਮਸਾਲਾ ਜਾਣ ਕੇ ਖੂਬ ਧਿਆਨ ਨਾਲ ਸੁਣਦਾ ਇੱਕ ਦਿਨ ਜਲੰਧਰ ਤੋਂ ਆਏ ਕਿਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦਾ ਕੰਮ ਹੀ ਕੰਟਰੈਕਟ ਮੈਰਿਜ ਹੈ ਉਹ ਬੇਝਿਜਕੋ ਕੇ ਗੱਲ ਦੱਸਦਾ ਹੈ ਪਿਛਲੇ ਸਮੇਂ ਤੋਂ ਅਖਬਾਰਾਂ ਵੀ ਐਲਸ ਪਾਸ ਕੁੜੀ ਦੀ ਲੋੜ ਦੇਸ਼ ਧਿਆਰ ਛਾਪਣ ਲੱਗੀਆਂ ਹਨ ਮੈਂ ਉਹਦੀ ਗੱਲ ਮੱਥੇ ਤੇ ਹੱਥ ਰੱਖ ਕੇ ਸੁਣੀ ਉਹ ਕਹਿ ਰਿਹਾ ਸੀ ਸੰਪਾਦਕ ਸਾਹਿਬ ਜਿਹੜੀ ਗੱਲ ਕਦੇ ਕਿਸੇ ਨੇ ਨਹੀਂ ਸੋਚੀ ਉਹ ਏ ਕਿ ਜ਼ਮਾਨੇ ਨੇ ਢੇਡ ਖਾ ਲਿਆ ਪਹਿਲਾਂ ਕੁੜੀ ਵਾਲੇ ਮੁੰਡੇ ਨੂੰ ਦੇਹੇਜ ਦਿੰਦੇ ਸੀ ਹੁਣ ਕੁੜੀਆਂ ਦੇਹੇਜ ਲੈਣ ਲੱਗੀਆਂ ਨਾਲੇ ਬਾਹਰ ਜਾਣ ਦੇ ਢੰਗ ਤਰੀਕੇ ਨੇ ਰੂਪ ਹੀ ਬਦਲਿਆ ਪਹਿਲਾਂ ਕੁੜੀਆਂ ਬੁੱਡੇ ਠੇਰਿਆਂ ਨਾਲ ਵਿਆਹ ਕਰਾ ਕੇ ਬਾਹਰ ਜਾਂਦੀਆਂ ਸੀ ਹੁਣ ਘੱਟੋ ਘੱਟ ਖਾਣ ਦਾ ਵਰਤਾ ਮਿਲਣ ਲੱਗਾ ਬਾਹਰ ਜਾ ਕੇ ਪੱਕੇ ਹੋਣ ਤੋਂ ਬਾਅਦ ਉਹਨਾਂ ਦੀ ਮਰਜ਼ੀ ਮੈਂ ਇੱਕਦਮ ਮੱਥੇ ਤੋਂ ਹੱਥ ਹਟਾ ਕੇ ਚਾਹ ਦਾ ਕੱਪ ਚੁੱਕਦਾ ਪਰ ਨਾਲ ਹੀ ਮੇਰੇ ਮੂੰਹੋਂ ਤਿਲਕ ਗਿਆ ਕੰਟਰੈਕਟ ਮੈਰਿਜ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ। ਅਗਲਾ ਵਿਸ਼ਾ ਹੈ ਕੱਛੂਕੁਮੇ। ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਟਰੈਸ ਵਿੱਚੋਂ ਮੈਨੂੰ ਅਚਾਨਕ ਸਾਹਮਣੇ ਤੋਂ ਟੱਕਰ ਪਿਆ। ਸਾਡੀਆਂ ਨਜ਼ਰਾਂ ਮਿਲੀਆਂ ਫਿਰ ਵੀ ਜਾਣਿਆਂ ਜਿਹਾ ਚਿਹਰਾ ਪਛਾਣ ਨਾ ਸਕਣ ਕਾਰਨ ਨਜ਼ਰਾਂ ਝੁਕ ਗਈਆਂ। ਬਿਲਕੁਲ ਕੋਲ ਦੀ ਲੰਘਣ ਲੱਗਿਆ ਮੇਰੀ ਨਜ਼ਰ ਉਹਦੇ ਚਿੱਟੇ ਕੋਟ ਦੀ ਜੇਬ ਤੇ ਡਾਕਟਰ ਸੰਧੂ ਨਾਂ ਦੀ ਲੱਗੀ ਪਲੇਟ ਤੇ ਪਈ। ਮੈਂ ਪਛਾਣ ਗਿਆ। ਸਿਹਤ ਵਿਭਾਗ ਵਾਲਾ ਸੰਧੂ ਹੈ। ਪਰ ਉਹਦੇ ਚਿਹਰੇ ਤੋਂ ਇੱਕਦਮ ਖਚਰੇਪਨ ਦੀ ਪੁਰਾਣੀ ਝਲਕ ਦਿਸ ਪਈ ਪਰ ਉਹਦੀਆਂ ਅੱਖਾਂ 'ਚ ਨਾ ਹੀ ਪਹਿਲਾਂ ਵਾਲੀ ਚਲਾਕੀ ਦੇ ਸੀ ਨਾ ਹੀ ਮੁਸਕੜੀ ਹੇਠ ਲੁਕਿਆ ਫਰੇਪਣਾ ਇਹਦੇ ਉਲਟ ਅੱਜ ਮੈਨੂੰ ਵਿਚਾਰਾ ਜ਼ਰੂਰ ਲੱਗਾ ਉਹਨੇ ਮੈਨੂੰ ਪੰਨਦੀ ਨਜ਼ਰیں ਪਿਛਾੜ ਲਿਆ ਸਿਹਤ ਵਿਭਾਗ 'ਚ ਹੁੰਦੇ ਆ ਉਹਨੇ ਕਦੇ ਕਿਸੇ ਨੂੰ ਬਖਸ਼ਿਆ ਨਹੀਂ ਸੀ ਏਡਜ਼ ਲਈ ਵਿਭਾਗ ਕੋਲ ਵੱਡਾ ਬਜਟ ਸੀ ਉਹਦੇ ਹੇਠ ਕਿੰਨਾ ਸਾਰਾ ਸਟਾਫ ਸਟਾਫ 'ਚ ਜ਼ਿਆਦਾਤਰ ਕੁੜੀਆਂ ਉਹ ਵੀ ਸਮਾਰਟ ਉਹਨੇ ਆਪਣੇ ਅਹੁਦੇ ਦਾ ਪੂਰਾ ਲੁੱਟਫਲਿਆ ਪੈਸਾ ਰੱਜ ਕੇ ਖਾਦਾ ਕੁੜੀਆਂ ਨਾਲ ਐਸ਼ ਵੀ ਪੂਰੀ ਕੀਤੀ ਕਈਆਂ ਦਾ ਸ਼ੋਸ਼ਣ ਕੀਤਾ ਕਈਆਂ ਨੂੰ ਪੈਸੇ ਦਾ ਲਾਲਚ ਕਈਆਂ ਦੀ ਟੂਰਾਂ ਤੇ ਨਾਲ ਜਾਣ ਦੀ ਮਜਬੂਰੀ ਪੱਤਰਕਾਰ ਦੇ ਤੌਰ ਤੇ ਮੇਰਾ ਉਹਦੇ ਦਫ਼ਤਰ ਆਉਣ ਜਾਣ ਸੀ ਮੈਂ ਏਡਜ਼ ਵਿਭਾਗ ਦੀਆਂ ਕਈ ਚੰਗੀਆਂ ਮਾੜੀਆਂ ਖਬਰਾਂ ਕੀਤੀਆਂ ਇਨਫੋਰਮੇਸ਼ਨ ਵਾਲੀਆਂ ਵੀ ਤੇ ਪੋਤੜੇ ਫਰੋਲਣ ਵਾਲੀਆਂ ਵੀ ਇੱਕ ਦਿਨ ਡਾਕਟਰ ਸੰਧੂ ਦੇ ਕਪਲਿਆਂ ਦੀ ਬਹੁਤ ਵੱਡੀ ਖਬਰ ਮੇਰੇ ਹੱਥ ਲੱਗ ਗਈ ਮੈਂ ਉਹਦਾ ਪੱਖ ਲੈ ਕੇ ਹਲੇ ਖਬਰ 56 ਲਈ ਦੇਣੀ ਸੀ ਕਿਉਂਨੇ ਮੈਨੂੰ ਅਖਬਾਰ ਦੇ ਚੀਫ ਸਬ ਐਡੀਟਰ ਆ ਹੀ ਆ ਨਪਿਆ ਚੀਫ ਸਬ ਐਡੀਟਰ ਸੁਰਿੰਦਰ ਸਿੰਘ ਨਾਲ ਮੇਰਾ ਦਿਲੋਂ ਤੇ ਸੀ ਜਿਵੇਂ ਮੇਰਾ ਹੱਥ ਫੜਿਆ ਗਿਆ ਮੇਰੀ ਵੱਡੀ ਪ੍ਰਾਪਤੀ ਵਾਲੀ ਖਬਰ ਧਰੇ ਧਰਾਈ ਰਹਿ ਗਈ ਉਸ ਦਿਨ ਤੋਂ ਬਾਅਦ ਡਾਕਟਰ ਸੰਧੂ ਮੇਰੇ ਤੋਂ ਝਿਜਕਣ ਲੱਗਾ ਪਰ ਜਦੋਂ ਵੀ ਮੈਂ ਉਹਦੇ ਦਫ਼ਤਰ ਜਾਂਦਾ ਉਹ ਇੱਕਦਮ ਆਪ ਉੱਠ ਕੇ ਮੈਨੂੰ ਬਾਹਰੋਂ ਹੀ ਲੈਣਾ ਆ ਜਾਂਦਾ ਮੈਨੂੰ ਤਾਂ ਅੰਦਰੋਂ ਖਬਰ ਨਾ ਛਪਣ ਦਾ ਦੁੱਖ ਸੀ ਤੇ ਡਾਕਟਰ ਸੰਧੂ ਨਾਲ ਮੈਂ ਅੰਦਰੋਂ ਅੰਦਰੀ ਹੋਰ ਖਾਰ ਖਾਣ ਲੱਗਾ ਖਬਰ ਲਾਉਣ ਦੀ ਪੇਸ਼ ਨਾ ਜਾਂਦਿਆਂ ਦੇਖ ਦਿਲ ਦੇ ਕਿਸੇ ਕੋਨੇ 'ਚੋਂ ਰੱਬ ਨੂੰ ਇੰਨਾ ਜ਼ਰੂਰ ਕਹਿ ਛੱਡਦਾ ਕਿ ਜਿੰਨੀਆਂ ਜ਼ਿਆਦਾ ਰੂਹਾਂ ਇਹਨੇ ਨਪੀੜੀਆਂ ਰੱਬਾ ਇਹ ਸੁੱਕਾ ਨਾ ਜਾਵੇ ਡਾਕਟਰ ਸੰਧੂ ਨੇ ਹਾਲਾਤ ਆਪਣੇ ਉਲਟ ਜਾਂਦਿਆਂ ਦੇਖ ਇੱਕਦਮ ਪਾਸਾ ਪਲਟ ਲਿਆ ਉਹਨੇ ਭਰੂਣ ਹੱਤਿਆ ਬਾਰੇ ਸਹਿਤ ਛਪਾ ਛਪਾ ਵੰਡਣਾ ਸ਼ੁਰੂ ਕਰ ਦਿੱਤਾ ਅਣਜਮੀਆਂ ਬੱਚੀਆਂ ਦੇ ਨਾਂ ਇੱਕ ਕਿਤਾਬ ਛਪਵਾ ਕੇ ਮੁਫਤ 'ਚ ਵੰਡੀ ਇਸ ਚ ਆਪਣੇ ਵੱਡੇ ਅਫਸਰਾਂ ਦੇ ਕੰਮ ਕਰਨ ਲਈ ਪ੍ਰੇਰਣ ਦੇ ਸੋਲੇ ਗਏ ਤੇ ਇੱਕ ਪੁਸਤਕ ਵਿਭਾਗ ਦੇ ਮੰਤਰੀ ਤੋਂ ਰਿਲੀਜ਼ ਵੀ ਕਰਵਾਈ। ਹੋਰ ਕਈ ਪੁਨ ਦੇ ਕਮ ਸੰਧੂ ਖਲ ਨਾਇਕ ਤੋਂ ਨਾਇਕ ਬਣ ਗਿਆ। ਹੋਰ ਸਿਆਣ ਪੁਨੇ ਵਰਤੀ ਕਿ ਉਹਨੇ ਵਿਵਾਦਾਂ ਤੋਂ ਬਚਣ ਲਈ ਨੌਕਰੀ ਤੋਂ ਸਵੈ ਇੱਛਾ ਨਾਲ ਸੇਵਾ ਮੁਕਤੀ ਲੈ ਲਈ। ਇਸ ਲਈ ਹੁਣ ਉਹ ਵੱਡੇ ਹਸਪਤਾਲ 'ਚ ਕੰਮ ਕਰ ਰਿਹਾ ਹੈ। ਹਾਲਚਾਲ ਪੁੱਛਣ ਤੋਂ ਗੱਲ ਅੱਗੇ ਵਧੀ ਤਾਂ ਇਹ ਦੱਸਣ ਤੇ ਕਿ ਮੇਰੇ ਪਿਤਾ ਜੀ ਐਮਰਜੈਂਸੀ ਵਾਰਡ 'ਚ ਦਾਖਲ ਹਨ। ਉਹ ਮੈਨੂੰ ਉੱਧਰ ਨੂੰ ਲੈ ਤੁਰਿਆ ਡਿਊਟੀ ਤੇ ਹਾਜ਼ਰ ਡਾਕਟਰਾਂ ਤੇ ਨਰਸਾਂ ਨੂੰ ਪਿਤਾ ਜੀ ਦਾ ਵਿਸ਼ੇਸ਼ ਖਿਆਲ ਰੱਖਣ ਦੀ ਹਦਾਇਤ ਹੀ ਨਹੀਂ ਦਿੱਤੀ ਸਗੋਂ ਬਾਅਦ ਵਿੱਚ ਬਗੈਰ ਡਿਊਟੀ ਪਿਤਾ ਜੀ ਦਾ ਹਾਲ ਚਾਲ ਜਾਣਨ ਵੀ ਆਉਂਦਾ ਰਿਹਾ ਸਰਕਾਰੀ ਵਿਭਾਗ ਚ ਅਨੇਕਾਂ ਡਾਕਟਰ ਸੰਧੂ ਹਨ ਜਿਨ੍ਹਾਂ ਨੇ ਆਪਣਾ ਢਿੱਡ ਭਰਨ ਜਾਂ ਸ਼ੋਸ਼ਣ ਤੋਂ ਬਿਨਾਂ ਕੁਝ ਨਹੀਂ ਕੀਤਾ ਸਿਰਫ ਵੱਦਵਾਵਾਂ ਹੀ ਖੱਟੀਆਂ ਹਨ ਪਰ ਡਾਕਟਰ ਸੰਧੂ ਜਿਹਾ ਇੱਕ ਅੱਧ ਹੀ ਹੋਰ ਬਚਿਆ ਹੋਇਆ ਹੈਗਾ ਜਿਹੜਾ ਰੱਬ ਦੇ ਰਗੜੇ ਤੋਂ ਬਚ ਗਿਆ ਹੋਵੇ ਨਹੀਂ ਤੇ ਰੱਬ ਦੇ ਘਰ دیر ਤਾਂ ਹੈ ਅੰਧੇਰ ਨਹੀਂ ਇਸ ਲਈ ਮੈਨੂੰ ਮੈਡੀਕਲ ਖੋਜ ਤੇ ਸਿੱਖਿਆ ਵਿਭਾਗ ਦਾ ਇੱਕ ਸੰਯੁਕਤ ਸਕੱਤਰ ਸਾਨੀ ਵੀ ਯਾਦ ਆ ਰਿਹਾ ਹੈ ਜਿਨੇ ਸੇਵਾ ਮੁਕਤੀ ਤੱਕ ਆਪ ਵੀ ਰੱਜ ਕੇ ਖਾਦਾ ਹੇਟਲੈਸਟਾਫ ਵੀ ਖੁਸ਼ ਰੱਖਿਆ ਵਿਭਾਗ ਦੀਆਂ ਬੀਬੀਆਂ ਨੂੰ ਕਾਗਜ਼ੀ ਕਾਰਵਾਈ ਕਾਰਵਾਈ ਦੇ ਜੇ ਸਕੰਜੇ ਚ ਫਸਾਉਂਦਾ ਕਿ ਉਹਦੇ ਨੇੜੇ ਆਉਣਾ ਬਹੁਤਿਆਂ ਦੀ ਮਜਬੂਰੀ ਬਣ ਜਾਂਦੀ ਵਿਭਾਗ ਦੇ ਸਬਡੰਟ ਸਮੇਤ ਉਹਨੇ ਹੋਰ ਬੰਦੇ ਪਾਲੇ ਹੋਏ ਸੀ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਸਾਨੀ ਦੀ ਨੀਅਤ ਦਾ ਸੁਨੇਹਾ ਬੀਬੀਆਂ ਨੂੰ ਲਾ ਦਿੰਦੇ ਮੈਂ ਉਹਦੇ ਦਫ਼ਤਰ ਚ ਖਬਰਾਂ ਲਈ ਜਾਂਦਾ ਉਹ ਤੋਂ ਖਬਰਾਂ ਲੈਣ ਲਈ ਵੀ ਸਾਂਝ ਪਾਈ ਰੱਖੀ ਪਰ ਰੱਬ ਅੱਗੇ ਅੰਦਰੋਂ ਇਹੀ ਹੋਊ ਕਿ ਨਿਕਲਦੇ ਰਹੀ ਕਿ ਰੱਬਾ ਇਹਨੂੰ ਜਿਉਂਦੇ ਜੀ ਸਭ ਕੁਝ ਦਿਖਾ ਦੇ ਰਿਟਾਇਰਮੈਂਟ ਦੇ ਅਗਲੇ ਹਫ਼ਤੇ ਉਹਦਾ ਨਵਾਂ ਸ਼ਹਿਰ ਨੇੜੇ ਐਕਸੀਡੈਂਟ ਹੋ ਗਿਆ ਤੇ ਉਹ ਘਰ ਵੀ ਵਾਪਸ ਨਾ ਪਰਤਿਆ ਮੈਂ ਕਈ ਚਿਰ ਸੋਚਦਾ ਰਿਹਾ ਕਿ ਉਹਨੇ ਕਿਦੇ ਲਈ ਲੱਖਾਂ ਕਮਾਏ ਕਾਹਦੇ ਲਈ ਡਾਕਟਰ ਸੰਧੂ ਤੇ ਸਾਨੀ ਦੀ ਕੈਟਾਗਰੀ ਚ ਸਰਕਾਰੀ ਅਫਸਰ ਹੀ ਨਹੀਂ ਆਉਂਦੇ ਕਈ ਵਪਾਰੀ ਲੋਕ ਤਾਂ ਉਹਨਾਂ ਤੋਂ ਵੀ ਉੱਪਰਲੇ ਵੱਟੇ ਹਨ ਮੇਰੇ ਕਈ ਜਾਣਕਾਰ ਵਪਾਰੀ ਹਨ ਉਹਨਾਂ ਜੋ ਇੱਕ ਨਾਲ ਪਿਛਲੀ ਜਾਣ ਪਛਾਣ ਨਿਕਲਾਈ ਉਹਨੇ ਪਾਪ ਦੀ ਖੱਟੀ ਕਰਨ ਮਿੱਤਰਾਂ ਦਾ ਹੱਕ ਮਾਰਨ ਤੇ ਆਪਣੇ ਸਟਾਫ ਮਿੱਤਰਾਂ ਨਾਲ ਠੱਗੀ ਮਾਰਨ ਸਮੇਤ ਜਿੱਥੇ ਵੀ ਹੱਥ ਪਾਇਆ ਸ਼ੋਸ਼ਣ ਕਰਨ 'ਚ ਕਸਰ ਨਹੀਂ ਛੱਡੀ ਜਾਇਦਾਦ ਦੱਬਣ 'ਚ ਮਾਰ ਹੈ ਇਸ ਲਈ ਉਹਨੇ ਗੁੰਡੇ ਪਾਲ ਰੱਖੇ ਹੈ ਇਹਨੇ ਪੁਲਸੀਏ ਵੀ ਯਾਰ ਬਣਾਏ ਆਈਏਐਸ ਅਫਸਰ ਕਾਣੇ ਵੀ ਕੀਤੇ ਇਹ ਜਾਣਕਾਰਤਾ ਜਿਹਾ ਹੈ ਕਿ ਇਹਦੇ ਚੱਟੇ ਦਰਖਤ ਹਰੇ ਨਹੀਂ ਹੋਏ ਮੈਂ ਉਹਦੋਂ ਇਹਨੂੰ ਅਕਸਰ ਹੁਬਦਿਆਂ ਵੇਖਦਾ ਜਦੋਂ ਕਿਸੇ ਖਾਸ ਮਿੱਤਰ ਨੂੰ ਵਿਸ਼ਵਾਸ ਤੇ ਲੈ ਕੇ ਅੰਦਰੋਂ ਅੰਦਰੀ ਉਹਦੀਆਂ ਜੜ੍ਹਾਂ ਵੱਡਨ ਚ ਸਫਲ ਹੋ ਜਾਂਦਾ ਰਿਹਾ ਜਦੋਂ ਪਹਿਲਾਂ ਉਹ ਮੇਰਾ ਵਾਕਫ ਸੀ ਤਾਂ ਮੈਂ ਉਹਦੇ ਲੱਛਣ ਦੇਖ ਕੇ ਪਿੱਛੇ हट ਗਿਆ ਸੀ ਸਭ ਤੋਂ ਬੁਰੀ ਤਰ੍ਹਾਂ ਮੈਨੂੰ ਉਹਦੇ ਉਹਦਾ ਨਿਰਦਈपणा ਰੜਕਦਾ ਸੀ ਪੈਸੇ ਲਈ ਤਾਂ ਉਹਦੇ ਵਾਸਤੇ ਕੋਈ ਬੰਦਾ ਅਰਥ ਨਹੀਂ ਰੱਖਦਾ ਸੀ ਨਾ ਹੀ ਕੋਈ ਦੋਸਤ ਜਾਂ ਰਿਸ਼ਤੇਦਾਰੀ ਮਾਇਨੇ ਰੱਖਦੀ ਸੀ ਹੁਣ ਜਦੋਂ ਉਹਦਾ ਬਦਲਿਆ ਰੂਪ ਦੇਖਣ ਨੂੰ ਮਿਲਿਆ ਤਾਂ ਮੈਂ ਬੜਾ ਪ੍ਰਭਾਵਿਤ ਹੋ ਜਾਂਦਾ ਰਿਹਾ ਉਬੜੀ ਨਿਮਰਤਾ ਵਾਲਾ ਹੋਣ ਦਾ ਭੁਲੇਖਾ ਪਾ ਲੈਂਦਾ ਰੱਬ ਦੀ ਰਜ਼ਾ 'ਚ ਰਹਿਣ ਵਾਲਾ ਬੰਦਾ ਹੋਣ ਦਾ ਝੋਲਾ ਪਾ ਕੇ ਪਰਮਾ ਪਰਮਾ ਕੇ ਫਸਾ ਲੈਂਦਾ ਬੋਲਣ ਦੀ ਤਮੀਜ਼ 'ਚ ਖਾਸਾ ਬਦਲਾ ਚੰਡੀਗੜ੍ਹ ਦੇ ਇਸ ਵਪਾਰੀ ਨੇ ਤਾਂ ਆਪਣਾ ਕਾਰੋਬਾਰ ਹੀ ਬਦਲ ਲਿਆ ਇਹ ਕਹਿ ਕੇ ਮੇਰਾ ਹੁਣ ਠੇਕੇ ਦੇ ਕਰਿੰਦੇ ਆ ਜਾਂ ਡੀਲਰਾਂ ਨਾਲ ਮੱਥਾ ਮਾਰਨ ਦਾ ਸਟੈਂਡਰਡ ਨਹੀਂ ਰਿਹਾ ਪਿਛਲੇ 3 ਸਾਲਾਂ ਦੌਰਾਨ ਉਹਨੇ ਬਹੁਤ ਵੱਡੇ ਵੱਡੇ ਫੰਕਸ਼ਨ ਕੀਤੇ ਹਨ ਕਦੇ ਪੋਤੀ ਦਾ ਜਨਮ ਕਦੇ ਬੱਚਿਆਂ ਦੇ ਵਿਆਹ ਦੀ ਵਰੇਗੰਡ ਕਦੇ ਬੇਬੇ ਬਾਪੂ ਦੀ ਵਰਸੀ ਦਾ ਕਦੇ ਕੋਈ ਪੀਰਾਂ ਦੇ ਨਾਂ ਤੇ ਹਰੇਕ ਸਮਾਗਮ ਤੇ ਉਹ ਕਰੋੜ ਅੱਧਾ ਕਰੋੜ ਲਾ ਦਿੰਦਾ ਰਿਹਾ ਆ ਪਿੱਛੇ ਜੇ ਜਿਹੜਾ ਪੋਤੀ ਦੇ ਜਨਮ ਦੇੰਦਾ ਸਮਾਗਮ ਕੀਤਾ ਮੈਂ ਉਸ ਪਰਿਵਾਰ ਸਮੇਤ ਸ਼ਾਮਲ ਹੋਇਆ ਉੱਥੇ ਮੈਨੂੰ ਕੋਈ ਹੋਰ ਵਾਕਫਕਾਰ ਵੀ ਮਿਲ ਗਏ ਇੱਕ ਅਖਬਾਰ ਦੇ ਮਾਲਕ ਸੰਪਾਦਕ ਨਾਲ ਮੁਲਾਕਾਤ ਹੋਈ ਤਾਂ ਪਿਆਲਾ ਸਾਂਝਾ ਹੋ ਗਿਆ ਮੈਂ ਤਾਂ ਵਪਾਰੀ ਭਾਈ ਸਰ ਦੇ ਸੋਲੇ ਗਾਉਣ ਲੱਗਾ ਪਰ ਉਹਨੇ ਤਵੇ ਤੇ ਸੂਈ ਧਰਤੀ ਉਹ ਕਹੇ ਬਾਈ ਜੀ ਕੋਈ ਹੱਕ ਦੀ ਕਮਾਈ ਐ ਉਹ ਡਾਉਂਦਾ ਨਾਲੇ ਇਹ ਦੱਸੋ ਕੋਈ ਬਗੈਰ ਕਿਸੇ ਦਾ ਲਹੂ ਪੀਤਿਆਂ 10-15 ਸਾਲ ਚ ਲੱਖਾਂ ਤੋਂ ਕਈ 100 ਕਰੋੜ ਨੂੰ ਪੁੱਜੇ ਨਾਲੇ ਲਹੂ ਡੋਲ ਕੇ ਕਮਾਇਆ ਪੈਸਾ ਕੋਈ ਵੀ ਲੋਕਾਂ ਤੇ ਨਹੀਂ ਉਡਾਉਂਦਾ ਗੱਲ ਮੇਰੇ ਦਿਲ ਨੂੰ ਲੱਗ ਗਈ ਮੇਰੀ ਅੱਖਾਂ ਅੱਗੇ ਨਵਾਂ ਸ਼ਹਿਰ ਵਾਲਾ ਨਹਿਰੂ ਤੇ ਹੋਰ ਕਈ ਸਾਰੇ ਉਹ ਲੋਕ ਲੰਘਾ ਜਿਨ੍ਹਾਂ ਨੂੰ ਹਨੇਰੇ 'ਚ ਰੱਖ ਕੇ 20-50 ਕਰੋੜ ਕਮਾਏ ਹੋਣ ਦੀਆਂ ਕਹਾਣੀਆਂ ਦਹਾਕਿਆਂ ਪਹਿਲਾਂ ਉਹਨੇ ਆਪ ਮੈਨੂੰ ਸੁਣਾਈਆਂ ਸੀ ਫਿਰ ਉਹ ਕਹਿਣ ਲੱਗਾ ਪੱਤਰਕਾਰ ਸਾਹਿਬ ਤੁਸੀਂ ਨਵੇਂ-ਨਵੇਂ ਐਡੀਟਰ ਬਣੇ ਅੱਖਾਂ ਖੋਲ ਕੇ ਰੱਖਣੀਆਂ ਸ਼ੁਰੂ ਕਰੋ ਕੋਖਵੀਂ ਨਜ਼ਰ ਪੁਰਾਣੇ ਪਾਪ ਟਕਣ ਲਈ ਇਹਨਾਂ ਲੋਕਾਂ ਨੂੰ ਪਿੱਛੋਂ ਆ ਕੇ ਇਹੋ ਜਿਹੇ ਡਰਾਮੇ ਕਰਨੇ ਪੈਂਦੇ ਹੈ ਹੈ ਕੋਈ ਸਮਾਗਮ 'ਚ ਪੁਰਾਣਾ ਦੋਸਤ ਸਭ ਕੋਲੋਂ ਲੋਕ ਛਿਪ ਕੇ ਕੱਛੂ ਕੰਮੇ ਦੀ ਤਰ੍ਹਾਂ ਆਪਣੀ ਸਰੀਰ ਅੰਦਰ ਲੁਕੋਈ ਫਿਰਦਾ ਹੈ ਮੇਰੀ ਅੱਖਾਂ ਅੱਗੇ ਇੱਕਦਮ ਡਾਕਟਰ ਸੰਧੂ ਆ ਖੜਿਆ ਮੈਂ ਸੋਚ ਰਿਹਾ ਸੀ ਕੱਛੂ ਕੁਮੇ ਸਿਰਫ ਸਰਕਾਰੀ ਅਫਸਰ ਹੀ ਨਹੀਂ ਕਈ ਵਪਾਰੀ ਤਾਂ ਵੱਡੇ ਮਗਰਮੱਛ ਹਨ ਵੈਸੇ ਤਾਂ ਸਮਾਜ ਵਿੱਚ ਮੇਰੇ ਵਾਕਫ ਕਰ ਕੱਛੂ ਕੁਮਿਆਂ ਦੀ ਭੀੜ ਹੋਣ ਲੱਗੀ ਹੈ ਮੈਂ ਹੋਰ ਗੰਭੀਰ ਹੋ ਗਿਆ ਕੱਛੂ ਕੁਮੇ ਕਦੋਂ ਤੱਕ ਲੋਕਾਂ ਨਾਲ ਖੇਡਦੇ ਰਹਿਣਗੇ ਪਾਪ ਪੁੰਨ ਦੀ ਖੇਡ ਮੈਂ ਰੱਬ ਨਾਲ ਹਿਰਖ ਜਿਹਾ ਖਾ ਕੇ ਸਾਹਮਣੇ ਪਿਆ ਪੈਗ ਇੱਕੋਸਾਰ ਨਾਲ ਡੀਕੇ ਉੱਠਣ ਲੱਗਾ ਹੁਣੇ ਮੈਨੂੰ ਬੌਮ ਫੜ ਲਿਆ ਹਰਾਮ ਦੀ ਕਮਾਈ ਨਾ ਸਦੀਵੀ ਹੁੰਦੀ ਹੈ ਨਾ ਖੁਸ਼ੀ ਦਿੰਦੀ ਹੈ ਤੇਰੇ ਯਾਰ ਦੀ ਇਕਲੌਤੀ ਔਲਾਦ ਸ਼ਰਾਬੀ ਕਬਾਬੀ ਵੀ ਹੈ ਤੇ ਔਰਤਾਂ ਦਾ ਸ਼ਿਕਾਰੀ ਵੀ ਤੇਰੇ ਸਾਹਮਣੇ ਆ ਜਿਹੜਾ ਇੱਕ ਪੀੜੀ ਚ ਆਇਆ ਦੂਜੀ ਪੀੜੀ ਨੇ ਉਜਾੜ ਦੇਣਾ ਨਾਲੇ ਤੇਰੇ ਯਾਰ ਨੇ ਕਿਹੜਾ ਕੋਈ ਬੰਨ ਪਾ ਕੇ ਰੱਖਿਆ ਰੱਬ ਜਦ ਮਾਰਦਾ ਫਿਰ ਖੜਾਕ ਨਹੀਂ ਹੋਣ ਦਿੰਦਾ ਉਹਦੀ ਗੱਲ ਸੁਣ ਕੇ ਮੇਰੇ ਮਨ ਨੂੰ ਰਾਹਤ ਮਿਲੀ ਕਿ ਹਾਲੇ ਵੀ ਕੋਈ ਨਿਆਸਰਿਆਂ ਦਾ ਆਸਰਾ ਤਾਂ ਹੈ ਜਿਹਦੇ ਆਸਰੇ ਦੁਨੀਆ ਖੜੀ ਹੈ ਵੱਡੇ ਅਫਸਰ ਤਾਂ ਸੇਵਾ ਮੁਕਤੀ ਤੋਂ ਪਿੱਛੋਂ ਮਾਲ ਲੁਕਾਉਣ 'ਚ ਲੱਗ ਜਾਂਦੇ ਐ ਵਪਾਰੀ ਫੂਂ ਫੂਂ ਦੀ ਥਾਂ ਲੋਕਾਂ ਦੀਆਂ ਨਜ਼ਰਾਂ 'ਚ ਆਉਣ ਤੋਂ ਬਚਦੇ ਫਿਰਦੇ ਐ ਵਪਾਰ ਨਾਲ ਚਾਹੇ ਮਾਇਆ ਦੇ ਹੰਕਾਰ 'ਚ ਖਿਲਾਰਾ ਪਾਈ ਜਾ ਮੇਰੇ ਬਿਜ਼ਨਸ ਮਿੱਤਰਾਂ ਵਿੱਚੋਂ ਜਦੋਂ ਮੈਂ ਹੁਣ ਕਿਸੇ ਨੂੰ ਮਿਲਦਾ ਤਾਂ ਉਹਨਾਂ ਵਿੱਚੋਂ ਮੈਨੂੰ ਸੰਧੂ ਸਾਨੀ ਜੇ ਕੱਚੂ ਘੋਮੇ ਦਿਸਣ ਲੱਗਦੇ ਹਨ ਧੰਨਵਾਦ